ਫਤਿਹਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਹਾੜ੍ਹ ਦੀ ਸੰਗਰਾਂਦ ਮੌਕੇ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਪਤਵੰਤੇ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ। ਸਮਾਰੋਹ ਦਾ ਆਗਾਜ਼ ਜੋਤੀ ਪ੍ਰਚੰਡ ਕਰਨ ਦੇ ਨਾਲ ਹੋਇਆ। ਇਸ ਮੌਕੇ ਕਾਲਜ ਵੱਲੋਂ ਕੈਨੇਡਾ ਦੇ ਸੈਰੀਡਨ ਕਾਲਜ ਨਾਲ ਹੋਏ ਸਮਝੌਤੇ ਅਧੀਨ ਐਡਮਿਸ਼ਨ ਸੈੱਲ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਸਮਝੌਤੇ ਤਹਿਤ ਇੰਜੀਨੀਅਰਿੰਗ ਕੋਰਸਾਂ ਵਿੱਚ ਵਿਦਿਆਰਥੀ ਇੱਕ ਸਾਲ ਦੀ ਪੜ੍ਹਾਈ ਇਸ ਕਾਲਜ ਵਿੱਚ ਕਰੇਗਾ ਅਤੇ ਬਾਕੀ ਦੇ 2 ਸਾਲਾਂ ਦੀ ਪੜ੍ਹਾਈ ਸੈਰੀਡਨ ਕਾਲਜ ਕੈਨੇਡਾ ਵਿੱਚ ਕੀਤੀ ਜਾਵੇਗੀ ਅਤੇ ਉਸ ਨੂੰ ਡਿਗਰੀ ਵੀ ਸੈਰੀਡਨ ਕਾਲਜ ਕੈਨੇਡਾ ਵੱਲੋਂ ਹੀ ਪ੍ਰਾਪਤ ਹੋਵੇਗੀ। ਕਾਲਜ ਵੱਲੋਂ ਬੱਚਿਆਂ ਦੇ ਵੀਜ਼ੇ ਅਤੇ ਉਹਨਾਂ ਦੀ ਆਈਲੈਟਸ ਦੀ ਪੜ੍ਹਾਈ ਦਾ ਪ੍ਰਬੰਧ ਵੀ ਕਾਲਜ ਵੱਲੋਂ ਕੀਤਾ ਜਾਵੇਗਾ। ਪੰਜਾਬ ਗਲੋਬਲ ਲਈ ਫਤਿਹਗੜ੍ਹ ਸਾਹਿਬ ਤੋਂ ਸੰਜੀਤ ਸਿੰਘ। ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਹਾੜ੍ਹ ਦੀ ਸੰਗਰਾਂਦ 'ਤੇ 2 ਸੈਲੀਬ੍ਰੇਸ਼ਨਸ ਕੀਤੀਆਂ ਜਾ ਰਹੀਆਂ ਨੇ। ਇੱਕ ਜੋ ਕਿ ਸੈਰੀਡਨ ਕਾਲਜ ਦੇ ਨਾਲ ਸਾਡਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋ ਕੇ 3 ਮੇਨ ਪ੍ਰੋਗਰਾਮ ਕੈਨੇਡਾ ਦੇ ਕਾਲਜ ਦੇ ਲਈ ਬੱਚਿਆਂ ਵਾਸਤੇ ਸ਼ੁਰੂ ਕੀਤੇ ਗਏ ਹਨ। ਇਸ ਐਡਮਿਸ਼ਨ ਸੈੱਲ ਦੀ ਇਨੋਗਰੇਸ਼ਨ ਕੀਤੀ ਗਈ ਹੈ। ਇਸ ਦੇ ਅੰਦਰ 3-3 ਸਾਲ ਦੇ 3 ਪ੍ਰੋਗਰਾਮ 2 ਮਕੈਨੀਕਲ ਇੰਜੀਨੀਅਰਸ ਦੇ, ਮਕੈਨੀਕਲ ਇੰਜੀਨੀਅਰ ਟੈਕਨੀਸ਼ੀਅਨ ਔਰ ਮਕੈਨੀਕਲ ਇੰਜੀਨੀਅਰ ਟੈਕਨੀਸ਼ੀਅਨ ਡਰਾਫਟਿੰਗ ਐਂਡ ਡਿਜ਼ਾਈਨਿੰਗ ਔਰ 1 ਇਲੈਕਟ੍ਰੋਮਕੈਨੀਕਲ ਇੰਜੀਨੀਅਰਸ ਵਾਸਤੇ ਪ੍ਰੋਗਰਾਮ ਅਪਰੂਵ ਹੋਏ ਹਨ। ਹਰ ਪ੍ਰੋਗਰਾਮ ਦੇ ਅੰਦਰ 40 ਬੱਚਿਆਂ ਦੀ ਵੈਕੈਂਸੀ ਹੈ ਔਰ ਇਹਦੇ ਵਿੱਚ 3 ਸਾਲਾਂ 'ਚੋਂ 1 ਸਾਲ ਬੱਚੇ ਇੱਥੇ ਕਾਲਜ ਦੇ ਅੰਦਰ ਕਰਨਗੇ, ਆਪਣੀ ਪੜ੍ਹਾਈ ਕਰਨਗੇ ਔਰ ਉਸ ਤੋਂ ਬਾਅਦ ਦੇ 2 ਸਾਲ ਸ਼ੈਰੀਡਨ ਕਾਲਜ ਕੈਨੇਡਾ ਜਾ ਕੇ ਪੂਰੀ ਕਰਨਗੇ ਔਰ ਉਹਨਾਂ ਨੂੰ ਸ਼ੈਰੀਡਨ ਕਾਲਜ ਤੋਂ ਡਿਗਰੀ ਪ੍ਰਾਪਤ ਹੋਏਗੀ। ਇਹਦੇ ਐਡਵਾਂਟੇਜ ਬੱਚਿਆਂ ਨੂੰ ਜੋ ਮਿਲ ਰਹੇ ਹਨ, 1 ਸਾਲ ਜਿਹੜੀ ਪੜ੍ਹਾਈ ਉਹ ਇੱਥੇ ਰਹਿ ਕੇ ਕਾਲਜ ਕਰਨਗੇ, ਉਹਨਾਂ ਦੀ ਫੀਸ ਇੱਥੇ ਕਾਲਜ ਦੇ ਮੁਤਾਬਿਕ ਲੱਗੇਗੀ ਔਰ ਬਾਕੀ 2 ਸਾਲ ਦੀ ਉਹਨਾਂ ਦੀ ਫੀਸ ਜਿਹੜੀ ਹੈ ਉਹ 18 ਤੋਂ 19 ਹਜ਼ਾਰ ਕੈਨੇਡੀਅਨ ਡਾਲਰ ਪਰ ਈਅਰ ਸ਼ੈਰੀਡਨ ਕਾਲਜ ਦੇ ਅੰਦਰ ਲੱਗੇਗੀ। ਬੱਚਿਆਂ ਨੂੰ ਇਹਦੇ ਨਾਲ ਹੀ 3 ਸਾਲ ਦੇ ਵਰਕ ਪਰਮਿਟ ਦਾ ਫੈਸਿਲਿਟੀ ਮਿਲਦੀ ਹੈ, ਜਿਸ ਦੇ ਨਾਲ ਕਿ ਇੱਕ ਤਾਂ ਟ੍ਰੇਨਿੰਗ ਦੇ ਦੌਰਾਨ ਵੀ ਉਹ ਕੰਮ ਕਰ ਸਕਦੇ ਹਨ ਔਰ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 3 ਸਾਲ ਲਈ ਕੈਨੇਡਾ ਰਹਿ ਕੇ ਉਹ ਸਰਵਿਸ ਕਰ ਸਕਦੇ ਹਨ ਔਰ ਉਸ ਤੋਂ ਬਾਅਦ PR ਲੱਗਣ ਤੋਂ ਬਾਅਦ ਉੱਥੇ ਸੈਟਲ ਹੋਣ ਦੀ ਵੀ ਉਹਨਾਂ ਨੂੰ ਫੈਸਿਲਿਟੀ ਮਿਲਦੀ ਹੈ ਅਗਰ ਉਹਨਾਂ ਦਾ ਇੰਟਰਸਟ ਹੋਏ ਤਾਂ। ਨਾਲ ਹੀ ਸ਼ੈਰੀਡਨ ਕਾਲਜ ਨੇ ਐਕਸੈਪਟ ਕੀਤਾ ਕਿ ਮੈਰਿਟ ਦੇ ਉੱਪਰ ਬੱਚਿਆਂ ਨੂੰ 2000 ਕੈਨੇਡੀਅਨ ਡਾਲਰ ਤੱਕ ਦਾ ਸਕਾਲਰਸ਼ਿਪ ਦਿੱਤਾ ਜਾਏਗਾ। ਇਸ ਦੇ ਬੈਨੀਫਿਟ ਇਸ ਤੋਂ ਇਲਾਵਾ ਜੋ ਬੱਚਿਆਂ ਨੂੰ ਮਿਲਣਗੇ, ਜੋ ਬੱਚੇ ਕਿਸੇ ਵਜ੍ਹਾ ਕਰਕੇ ਵੀਜ਼ਾ ਬਾਹਰ ਉਹਨਾਂ ਦੇ ਨਹੀਂ ਲੱਗਦੇ ਹਨ, ਇਹ ਕਾਲਜ ਦੇ ਬੰਦੋਬਸਤ ਕੀਤਾ ਕਿ ਉਹਨਾਂ ਬੱਚਿਆਂ ਦੀ ਆਇਲਟਸ ਦੀ ਤਿਆਰੀ ਔਰ ਉਹਨਾਂ ਦਾ ਪੂਰਾ ਵੀਜ਼ਾ ਦਾ ਬੰਦੋਬਸਤ ਕਾਲਜ ਆਪਣੇ ਲੈਵਲ ਦੇ ਉੱਤੇ ਕਰੇਗਾ ਤਾਂ ਕਿ ਬੱਚਿਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਕਿਸੇ ਏਜੰਟਾਂ ਦੇ ਥਰੂ ਵੀਜ਼ੇ ਲਗਵਾਉਣ ਪਿੱਛੇ ਆਪਣੇ ਪਰੇਸ਼ਾਨੀ ਨਾ ਝੇਲਣੀ ਪਏ।